ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਪਿੱਲਰ ਨੰਬਰ 45 ਬਟਾਲਾ ਰੋਡ ਕਿਰਪਾਲ ਕਲੋਨੀ ਦੇ ਰਹਿਣ ਵਾਲੇ ਲਾਡੀ ਨੇ ਕੀਤੀ ਦਾਨੀ ਸੱਜਣਾਂ ਨੂੰ ਅਪੀਲ। ਲਾਡੀ ਦੀ ਮਾਤਾ ਹਰਜੀਤ ਕੌਰ ਨੇ ਵੀ ਹੱਥ ਜੁੜ ਕੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਹੈ ਕਿ ਮੇਰੇ ਬੇਟੇ ਦੀ ਪਲੀਜ਼ ਮਦਦ ਕੀਤੀ ਜਾਵੇ। ਆਓ ਵੇਖੀਏ ਪੂਰੀ ਰਿਪੋਰਟ। ਹਾਂਜੀ ਵੀਰ ਜੀ, ਕੀ ਨਾਮ ਜੀ? ਮੇਰਾ ਨਾਮ ਲਾਡੀ ਹੈ ਜੀ। ਕਿੱਥੋਂ ਦੇ ਰਹਿਣ? ਬਟਾਲਾ ਰੋਡ ਜੀ। ਇਹ ਜਿਹੜਾ ਤੁਹਾਡੇ ਨਾਲ ਹਾਸਾ, ਇਹ ਕਿਸ ਤਰ੍ਹਾਂ ਹੈ? ਇਹ ਜੀ ਮੈਂ ਕੰਮ ਕਰ ਰਿਹਾ ਸੀ ਲਾਈਟ, ਇਹ ਗੋਇੰਦਵਾਲ ਸਾਹਿਬ, ਅਤੇ ਮੈਂ ਲਾਈਟ ਦਾ ਕੰਮ ਕਰ ਰਿਹਾ ਸੀ, ਅਤੇ ਮੈਂ ਉੱਥੋਂ ਉੱਤੋਂ ਡਿੱਗ ਪਿਆ ਜੀ, ਪੈਰ ਫਿਸਲ ਗਿਆ ਜੀ ਮੇਰਾ। ਤੁਸੀਂ ਕੰਮ ਕਰਦੇ ਸੀ, ਉਹਨਾਂ ਨੇ ਇਲਾਜ ਕਰਵਾਇਆ ਤੁਹਾਡਾ? ਕਰਵਾਇਆ ਜੀ, ਜਿੰਨੇ ਜੋਗੇ ਗਏ ਉਹਨਾਂ ਦੀ ਲਾਇਆ ਜੀ। ਅਜੇ ਵੀ ਕੋਈ ਥੋੜ੍ਹੀ ਬਹੁਤ ਕਰ ਜਾਂਦੇ ਆ ਜੀ ਮਦਦ ਮਾੜੀ ਮੋੜ। ਕਿੰਨੀ ਦੇਰ ਹੋ ਗਈ ਤੁਹਾਨੂੰ ਬੈਡ? ਇਹ ਮੈਨੂੰ 6 ਮਹੀਨੇ ਹੋ ਗਏ ਜੀ। ਤੁਸੀਂ ਮੌਜੂਦਾ ਸਰਕਾਰ ਦੇ ਕਿਸੇ ਬੰਦੇ ਕੋਲ ਗਏ ਜੀ? ਗਏ ਜੀ। ਅਤੇ ਕੀ ਮਿਲੂ? ਕੋਈ ਨੇ ਸੁਣਾਈ ਨਹੀਂ ਹੋਈ ਕਿਤੇ ਵੀ, ਸਰਕਾਰ ਨੇ ਬਿਲਕੁਲ ਨਹੀਂ ਸੁਣੀ, ਕਿਸੇ ਨੇ ਨਹੀਂ ਸੁਣੀ। ਡਾਕਟਰ ਕੀ ਕਹਿੰਦੇ ਆ? ਡਾਕਟਰ ਜੀ ਕਹਿੰਦੇ ਹੁਣ ਜੇ ਪੁੱਛਿਆ ਦੁਬਾਰੇ ਫਿਰ, ਉਹ ਕਹਿੰਦੇ ਆ ਜੀ 1,00,000 ਰੁਪਏ ਦਾ ਖਰਚਾ ਲੱਗ ਜਾ। ਪਰਿਵਾਰ 'ਚ ਕੌਣ ਕੌਣ ਆਪਣੇ ਜੀ ਹੈਗੇ ਆ? ਮੈਂ, ਮੇਰੀ ਮੰਮੀ ਹੈ ਜੀ, ਇੱਕ ਮੇਰਾ ਭਰਾ ਹੈ ਜੀ। ਅਤੇ ਘਰ ਦਾ ਹੀਲਾ ਵਸੀਲਾ ਕਿੱਦਾਂ ਚੱਲਦਾ ਆਪਣਾ? ਹੀਲਾ ਵਸੀਲਾ ਜੀ ਇੱਦਾਂ ਹੀ, ਕੋਈ ਨਾ ਕੋਈ ਦੇ ਜਾਂਦਾ, ਕੋਈ ਰਿਸ਼ਤੇਦਾਰ ਕੋਈ ਵੀ ਇੱਦਾਂ ਦੇ ਜਾਂਦਾ, ਕੋਈ ਮਾੜਾ ਮੋਟ ਕਰ ਲਈਦਾ ਜੀ। ਕੀ ਮੰਗ ਕਰਦੇ ਹੁਣ ਤੁਸੀਂ? ਸਾਡੀ ਮੰਗ ਇਹ ਸਰਕਾਰ ਗੜੀ ਵੀ, ਦਾਨੀ ਵੀਰਾਂ ਗੜੀ ਵੀ, ਇਲਾਜ ਹੋ ਜਾਵੇ ਸਰ, ਹੋਰ ਕੋਈ ਮੰਗ ਨਹੀਂ। ਇਲਾਜ ਕਰਵਾਉਣਾ ਚਾਹੁੰਦੇ? ਹਾਂਜੀ, ਇਲਾਜ ਕਰਵਾਉਣਾ ਚਾਹੁੰਦੇ ਹਾਂ ਜੀ। ਮੈਂ ਹੀ ਕਿਹੜਾ ਹੀ ਘਰ ਦਾ ਖਰਚਾ ਚਲਾਉਂਦਾ ਸੀ, ਜੋ ਵੀ ਮਾੜਾ ਮੋਟਾ ਆਪਣਾ ਘਰ ਦੇ ਮਿਹਨਤ ਕਰਕੇ ਕਰ ਲਈਦਾ ਸੀ। ਹੋਰ ਪਿਤਾ ਜੀ ਕੀ ਕੰਮ ਕਰਦੇ ਆ? ਪਿਤਾ ਜੀ ਦੀ ਡੈਥ ਹੋ ਗਈ ਜੀ। ਹਾਂਜੀ, ਮੈਂ ਨਾ ਫਿਰ ਆਪਣੀ ਬੇਨਤੀ ਕਰਦਾ ਦਾਨੀ ਵੀਰਾਂ ਗੜੀ, ਆਪਣੀ ਸਰਕਾਰ ਗੜੀ ਜੀ, ਮੇਰੇ ਤਾਂ ਹੁਣ ਮਾਤਾ ਜੀ ਵੀ ਬਜ਼ੁਰਗ, ਉਹ ਵੀ ਕੰਮ ਨਹੀਂ ਕਰ ਸਕਦੇ ਜੀ, ਉਹਨਾਂ ਦੇ ਵੀ ਬਹੁਤ ਬਜ਼ੁਰਗ ਹੋ ਗਿਆ ਜੀ, ਉਹਨਾਂ ਵੀ ਕੰਮ ਯੋਗ ਨਹੀਂ ਹੈਗੇ। ਮੇਰੀ ਜਿਹੜੀ ਮੰਮੀ ਜੀ ਹੈ ਨਾ, ਉਹ ਵੀ ਬਹੁਤ ਬਜ਼ੁਰਗ ਹੋ ਚੁੱਕੇ ਆ ਜੀ, ਅਤੇ ਮੈਂ ਫਿਰ ਇੱਕ ਬੇਨਤੀ ਕਰਦਾ ਆਪਣੇ ਸਰਕਾਰ ਗਾੜੀ, ਆਪਣੇ ਦਾਨੀ ਵੀਰਾਂ ਗਾੜੀ, ਵੀ ਮੇਰਾ ਇਲਾਜ ਹੋ ਜਾਵੇ। ਮਾਤਾ ਜੀ ਕੀ ਨਾਮ ਜੀ? ਸਰਜੀਤ ਕੌਰ ਵੀਰਾ। ਕਿੱਥੇ ਦੇ ਵਸਨੀਕ ਜੀ? ਬਟਾਲਾ ਰੋਡ ਦੇ। ਕੀ ਕਹਿਣਾ ਚਾਹੋਗੇ ਵੀਰਾ? ਸੱਟ ਲੱਗੀ ਨਾ ਹੋ ਗਈ 6 ਮਹੀਨੇ ਬੇਟੇ ਦੇ, ਅਤੇ ਮੈਂ ਇਹੋ ਸਰਕਾਰ ਗਾੜੀ ਬੇਨਤੀ ਕਰਦੀ ਦਾਨੀ ਵੀਰਾਂ ਦੇ ਗਾੜੀ, ਵੀ ਮੇਰੇ ਬੇਟੇ ਦਾ ਇਲਾਜ ਕਰਾਉਣਾ ਚਾਹੁੰਦੀ ਮੈਂ, ਇਲਾਜ ਕਰਾ ਦੇਣੇ ਇੰਨਾ ਹੀ ਬੜਾ। ਰਿਪੋਰਟਰ ਸੋਨੂੰ ਖਾਨਕੋਟ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਸ਼੍ਰੀ ਅੰਮ੍ਰਿਤਸਰ ਸਾਹਿਬ।